ਨਾਲ ਗੁਰਪ੍ਰਤਾਪ ਸਿੰਘ ਵਡਾਲਾ ਜੁੜ ਚੁੱਕੇ ਨੇ ਸੀਨੀਅਰ ਆਗੂ ਨੇ ਅਕਾਲੀ ਦਲ ਦੇ ਵਡਾਲਾ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਹਾਂਜੀ ਬਹੁਤ ਮਿਹਰਬਾਨੀ ਜੀ ਜੀ ਗੁਰਪ੍ਰਤਾਪ ਵਡਾਲਾ ਵੀ ਇਸ ਮੀਟਿੰਗ ਦਾ ਹਿੱਸਾ ਸੀ ਜਿਸ ਨੂੰ ਲੈ ਕੇ ਅਸੀਂ ਚਰਚਾ ਕਰ ਰਹੇ ਹਾਂ ਇੱਕ ਪਾਸੇ ਅਨੁਸ਼ਾਸਨੀ ਕਮੇਟੀ ਬਣਾਈ ਗਈ ਹੈ ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਥੋੜੀ ਦੇਰ ਪਹਿਲਾਂ ਜੁੜੇ ਸੀ ਉਹਨਾਂ ਦਾ ਕਹਿਣਾ ਸੀ ਕਿ ਇਸ ਨੂੰ ਮੀਟਿੰਗ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਇਹ ਅਨੁਸ਼ਾਸਨੀ ਕਮੇਟੀ ਦਾ ਗਠਨ ਪਹਿਲਾਂ ਹੀ ਹੋਣਾ ਸੀ ਵਡਾਲਾ ਜੀ ਜਾਣਨਾ ਚਾਹਾਂਗੇ ਕਿ ਮੀਟਿੰਗ ਜਿਹੜੀ ਹੋਈ ਹੈ ਇਹਨਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਖੂਬ ਚਰਚਾ ਹੈ ਮਨਪ੍ਰੀਤ ਆਲੀ ਨੇ ਪਾਰਟੀ ਲੀਡਰਸ਼ਿਪ ਤੇ ਪਿਛਲੇ ਦਿਨੀ ਸਵਾਲ ਚੁੱਕੇ ਉਹਨਾਂ ਨੇ ਰਾਸ਼ਟਰਪਤੀ ਚੋਣਾਂ ਦਾ ਬਾਈਕਾਟ ਕੀਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਝੂੰਦਾ ਕਮੇਟੀ ਦੀ ਜੋ ਰਿਪੋਰਟ ਕੋਰ ਕਮੇਟੀ ਨੇ ਪ੍ਰਵਾਨ ਕੀਤੀ ਉਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਕਿ ਇਹ ਸਮੀਖਿਆ ਕਮੇਟੀ ਦੇ ਵਿੱਚ ਨਹੀਂ ਭੇਜੀ ਗਈ ਪਾਰਟੀ ਦਾ ਪ੍ਰੋਸੈਸ ਸੀ ਜਿਹੜਾ ਉਸ ਨੂੰ ਤੋੜਿਆ ਗਿਆ ਕਈ ਸਾਰੇ ਸਵਾਲ ਉਹਨਾਂ ਨੇ ਖੜੇ ਕੀਤੇ ਤਾਂ ਇਹ ਇਸ ਮੀਟਿੰਗ ਨੂੰ ਨਾਰਾਜ਼ ਖੇਮੇ ਦੀ ਮੀਟਿੰਗ ਦੇ ਤੌਰ ਤੇ ਦੇਖਿਆ ਜਾਵੇ ਇਦਾਂ ਜੀ ਵੀ ਕੋਈ ਨਾਰਾਜ਼ਗੀ ਵਾਲੀ ਗੱਲ ਤਾਂ ਨਹੀਂ ਹੈ ਪਾਰਟੀ ਦੇ ਵਿੱਚ ਕਈ ਵਾਰੀ ਕਈ ਮੁੱਦਿਆਂ ਨੂੰ ਲੈ ਕੇ ਆਪਸ ਵਿੱਚ ਥੋੜੇ ਬਹੁਤੇ ਵਖਰੇਵੇਂ ਹੁੰਦੇ ਨੇ ਜਾਂ ਮਤਭੇਦ ਪੈਦਾ ਹੋ ਜਾਂਦੇ ਆ ਜੀ ਸਾਰੇ ਪਾਰਟੀ ਦੇ ਲੀਡਰ ਪਾਰਟੀ ਦੇ ਆਪਣੇ ਭਲੇ ਵਾਸਤੇ ਪਾਰਟੀ ਨੂੰ ਤਗੜਾ ਕਰਨ ਲਈ ਕਾਇਮ ਕਰਨ ਲਈ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਜ਼ਿੰਮੇਵਾਰੀ ਨਿਭਾ ਰਹੇ ਆ ਮਨਪ੍ਰੀਤ ਸਿੰਘ ਆਲੀ ਦੀ ਗੱਲ ਤੁਸੀਂ ਕੀਤੀ ਆ ਉਹਦਾ ਤਾਂ ਕਵਾਂਗੇ ਪਹਿਲਾਂ ਵੀ ਚਲੋ ਸਾਰੇ ਜਿਹਨੇ ਪਾਰਟੀ ਦੇ ਬੁਲਾਰੇ ਸੀ ਦੱਸ ਚੁੱਕੇ ਆ ਕਿ ਉਹਨਾਂ ਨੂੰ ਸੱਦਿਆ ਨਹੀਂ ਗਿਆ ਜਿਹੜੀ ਜਦੋਂ ਫੈਸਲਾ ਹੋਇਆ ਰਾਸ਼ਟਰਪਤੀ ਦੀ ਜਿਹੜੀ ਇਲੈਕਸ਼ਨ ਦੇ ਸੰਬੰਧ ਵਿੱਚ ਆਪਣੀ ਸਪੋਰਟ ਕਰਨੀ ਐਨ ਡੀ ਏ ਦੇ ਕੈਂਡੀਡੇਟ ਦੀ ਮਿਸਿਸ ਦ੍ਰੋਪਦੀ ਮੁਰਮੂ ਦੀ ਤੇ ਉਸ ਤੋਂ ਬਾਅਦ ਜਿਹੜਾ ਚੰਦੂ ਮਾਜਰਾ ਜੀ ਦੀ ਗੱਲ ਆ ਇਹ ਜਿਹੜਾ ਸਿਸਟਮ ਬਣਿਆ ਸੀਗਾ ਅਸੀਂ ਇਕੱਠੇ ਸੀ ਸਾਰੇ ਆਪਣੇ ਇਹਦੇ ਵਿੱਚ ਝੂੰਦਾ ਕਮੇਟੀ ਚ ਇੱਕ ਸਮੀਖਿਆ ਕਮੇਟੀ ਬਣਾਈ ਸੀ ਜਿਹੜੀ ਕਿ ਆਪਣੀ ਸਾਰੀ ਇਲੈਕਸ਼ਨ ਦੇ ਰਿਜ਼ਲਟ ਦੀ ਸਮੀਖਿਆ ਕਰੂਗੀ ਉਹ ਸਮੀਖਿਆ ਕਮੇਟੀ ਨੇ ਸਾਡੀ ਝੂੰਦਾ ਕਮੇਟੀ ਬਣਾਈ ਸੀ ਸੋ ਇਹ ਦੇਖੋ ਲੋਕਤੰਤਰਕ ਢੰਗ ਤਰੀਕੇ ਦੇ ਨਾਲ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਬੜੇ ਆਪਣੇ ਫਰਾਕ ਦਿੱਲੀ ਨਾਲ ਖੁੱਲੀ ਖੁੱਲ ਦਿੱਲੀ ਦੇ ਨਾਲ ਪਾਰਟੀਆਂ 'ਚ ਜੇ ਆਪਾਂ ਕੰਮ ਕਰੀਏ ਫਿਰ ਕਿਸੇ ਦਾ ਕੋਈ ਇਤਰਾਜ਼ ਨਹੀਂ ਰਹਿੰਦਾ ਤੇ ਜੇ ਆਪਾਂ ਲੋਕਤੰਤਰਕ ਤਰੀਕੇ ਨੂੰ ਢਾ ਲਾਵਾਂਗੇ ਜਾਂ ਉਹਨੂੰ ਤਰੋੜਾਂਗੇ ਮਰੋੜਾਂਗੇ ਜਾਂ ਆਪਣੇ ਮਤਲਬ ਲਈ ਉਹਨੂੰ ਯੂਜ਼ ਕਰਾਂਗੇ ਫਿਰ ਨੈਚੁਰਲੀ ਲੋਕਾਂ ਨੇ ਗੱਲਾਂ ਕਰਨੀਆਂ ਆ ਵਰਕਰ ਵੀ ਕਹਿਣਗੇ ਮੀਡੀਆ 'ਚ ਵੀ ਇਸ ਦੀ ਚਰਚਾ ਹੋਊਗੀ ਸੋ ਇਹ ਤਾਂ ਹੈਗੀਆਂ ਉਹ ਦੋ ਜਿਹੜੇ ਤੁਸੀਂ ਇੰਸੀਡੈਂਟ ਦੱਸੇ ਆ ਜਿਹੜੀ ਕੱਲ ਦੀ ਮੀਟਿੰਗ ਆ ਉਹਦਾ ਯਾਨੀ ਕਿ ਪ੍ਰੋਸੈਸ ਤੋੜਿਆ ਗਿਆ ਤੁਸੀਂ ਇਹ ਕਹਿ ਰਹੇ ਹੋ ਪ੍ਰੋਸੈਸ ਤੋੜਿਆ ਗਿਆ ਦੇਖੋ ਜੀ ਪਤਾ ਕੀ ਹੈ ਜੇ ਹੁਣ ਸਮੀਖਿਆ ਕਮੇਟੀ 'ਚ ਝੁੰਦਾ ਕਮੇਟੀ ਦੀ ਰਿਪੋਰਟ ਜਾਂਦੀ ਸਮੀਖਿਆ ਕਮੇਟੀ ਉਹਨੂੰ ਚੰਗੇ ਤਰੀਕੇ ਨਾਲ ਡਿਸਕਸ ਕਰਦੀ ਤੇ ਉਹ ਕੋਰ ਕਮੇਟੀ ਨੂੰ ਆਪਣੀ ਸਿਫਾਰਿਸ਼ਾਂ ਬਣਾ ਕੇ ਦਿੰਦੀ ਤੇ ਬੜਾ ਵਧੀਆ ਪ੍ਰੋਸੈਸ ਸੀ ਤੇ ਜਿਹੜਾ ਕਿ ਸਾਰਿਆਂ ਨੇ ਸਵੀਕਾਰ ਕਰਨਾ ਸੀ ਵਰਕਰਾਂ ਨੇ ਵੀ ਇਸ ਗੱਲ ਦੀ ਆਪਣੇ ਉਹਨਾਂ ਨੇ ਪ੍ਰੋੜਤਾ ਕਰਨੀ ਸੀ ਵੀ ਠੀਕ ਆ ਪਾਰਟੀ ਨੇ ਸਹੀ ਤਰੀਕੇ ਨਾਲ ਜੇ ਝੁੰਦਾ ਕਮੇਟੀ ਬਣਾਈ ਝੁੰਦਾ ਕਮੇਟੀ ਨੇ ਬਹੁਤ ਪਾਰਟੀ ਦੇ ਭਲੇ ਵਾਸਤੇ ਫਾਇਦੇ ਵਾਸਤੇ ਆਪਣੇ ਸਿਫਾਰਿਸ਼ਾਂ ਦਿੱਤੀਆਂ ਜੋ ਵਰਕਰ ਕਹਿੰਦੇ ਸੀ ਤੇ ਹੁਣ ਪਾਰਟੀ ਉੱਤੇ ਬਹੁਤ ਸੰਜੀਦਗੀ ਨਾਲ ਗੰਭੀਰਤਾ ਨਾਲ ਉੱਤੇ ਗੌਰ ਕਰਕੇ ਉਹਨਾਂ ਨੂੰ ਲਾਗੂ ਕਰੂਗੀ ਪਰ ਜਦੋਂ ਸਿੱਧੀ ਕੋਰ ਕਮੇਟੀ ਚੱਲ ਗਈ ਤੇ ਚਲੋ ਕੋਰ ਕਮੇਟੀ ਨੇ ਫੈਸਲਾ ਲੈ ਲਿਆ ਹੁਣ ਜਿਹੜਾ ਪਾਰਟੀ ਦੇ ਕੋਈ ਲੀਡਰ ਫੈਸਲਾ ਲੈਂਦੇ ਆ ਉਹ ਸਾਰੇ ਉਸ ਗੱਲ ਨੂੰ ਪ੍ਰਵਾਨ ਕਰਦੇ ਆ ਪਰ ਜਦੋਂ ਤਰੀਕਾ ਗਲਤ ਹੋਵੇ ਤੇ ਫਿਰ ਉਹਦੇ ਤੇ ਕਿੰਤੂ ਪਰੰਤੂ ਆਉਂਦੇ ਹੀ ਆਉਂਦੇ ਆ ਅੱਛਾ ਵਡਾਲਾ ਜੀ ਇਸੇ ਨਾਲ ਜੁੜਿਆ ਇੱਕ ਹੋਰ ਸਵਾਲ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਨਿਊਜ਼ 18 ਤੇ ਇਹ ਬਿਆਨ ਵੀ ਦਿੱਤਾ ਸੀਗਾ ਗੱਲ ਕਰ ਰਹੇ ਸੀ ਇਸੇ ਸਭ ਨੂੰ ਲੈ ਕੇ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਪਤਾ ਨਹੀਂ ਰਿਪੋਰਟ ਦੇ ਵਿੱਚ ਕੀ ਹੈ ਉਹਨਾਂ ਕੋਲ ਨਹੀਂ ਆਈ ਕੀ ਤੁਸੀਂ ਰਿਪੋਰਟ ਪੜ੍ਹੀ ਹੈ ਅਸੀਂ ਤਾਂ ਰਿਪੋਰਟ ਬਣਾਉਣ ਵਾਲੇ ਜੀ ਆ ਜੀ ਅਸੀਂ ਆ ਤੁਹਾਨੂੰ ਅੱਜ ਦਾ ਸਾਹਿਬ ਵਿਰਸਾ ਸਿੰਘ ਬਟੋਆ ਹੁਣ ਗੱਲ ਕਰਕੇ ਹਟੇ ਆ ਅਸੀਂ ਸਾਡੀ 13 ਮੈਂਬਰੀ ਕਮੇਟੀ ਸੀ ਜਿਹਨੂੰ ਝੁੰਦਾ ਕਮੇਟੀ ਕਹਿੰਦੇ ਆ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਦੀ ਉਹਦੀ ਦੇਖ ਰੇਖ ਹੇਠ ਉਹਨਾਂ ਦੀ ਸਰਪ੍ਰਸਤੀ ਹੇਠ ਅਸੀਂ ਕੰਮ ਕੀਤਾ ਤੇ ਅਸੀਂ ਤਾਂ ਰਿਪੋਰਟ ਬਣਾਈ ਆ ਜਿਹੜੇ ਵਰਕਰਾਂ ਦੀ ਭਾਵਨਾਵਾਂ ਜੋ ਸਾਨੂੰ ਉਹਨਾਂ ਨੇ ਉਜਾਗਰ ਕੀਤੀਆਂ ਜੋ ਸਾਡੇ ਮੂਹਰੇ ਰੱਖੀਆਂ ਜਿਹੜੀ ਵਰਕਰਾਂ ਦੀ ਰਾਏ ਸੀ ਉਹਨਾਂ ਦੀ ਸੁਜੈਸ਼ਨ ਸੀਗੀਆਂ ਅਸੀਂ ਸਾਰੀਆਂ ਉਹਦੇ ਮੁਤਾਬਕ ਵਰਕਰਾਂ ਦੀ ਜਿਹੜੀ ਭਾਵਨਾ ਮੁਤਾਬਕ ਅਸੀਂ ਉਹ ਸਾਰੀ ਉਹਦੇ ਵਿੱਚ ਪੇਸ਼ ਕਰਕੇ ਤੇ ਝੁੰਦਾ ਕਮੇਟੀ ਨੇ ਆਪਣੀ ਰਿਪੋਰਟ ਫਾਈਨਲਾਈਜ਼ ਕਰਕੇ ਪਾਰਟੀ ਨੂੰ ਦਿੱਤੀ ਜੀ ਤੇ ਕੱਲ ਦੀ ਮੀਟਿੰਗ ਨੂੰ ਫਿਰ ਕਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਕਿ ਇਹ ਜਿਹੜਾ ਪਾਰਟੀ ਦਾ ਪ੍ਰੋਸੈਸ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਪਾਰਟੀ ਦਾ ਪ੍ਰੋਸੈਸ ਤੋੜਿਆ ਗਿਆ ਜਾਂ ਲੋਕਤੰਤਰਿਕ ਤਰੀਕੇ ਦੇ ਨਾਲ ਜਿਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਉਵੇਂ ਨਹੀਂ ਹੋਈਆਂ ਕੀ ਇਸ ਨੂੰ ਲੈ ਕੇ ਪਾਰਟੀ ਪਲੇਟਫਾਰਮ ਦੇ ਉੱਤੇ ਹੁਣ ਤੁਸੀਂ ਗੱਲ ਰੱਖੋਗੇ ਬਿਲਕੁਲ ਕਰਾਂਗੇ ਜੀ ਗੱਲ ਤਾਂ ਹੀ ਤਾਂ ਕੱਲ ਦੇਖੋ 100 ਸਾਲਾ ਸ਼ਤਾਬਦੀ ਸੀਗੀ ਗੁਰੂ ਕੇ ਬਾਗ ਦੇ ਮੋਰਚੇ ਦੀ ਤੇ ਤਕਰੀਬਨ ਕਾਫੀ ਲੀਡਰਾਂ ਨੇ ਉੱਥੇ ਹਾਜ਼ਰੀ ਲਾਈ ਤੇ ਉਹਦੇ ਕਰਕੇ ਸਾਰੇ ਚਾਹੁੰਦੇ ਸੀ ਵੀ ਅਸੀਂ ਇਕੱਠੇ ਹੋ ਕੇ ਤੇ ਡਿਸਕਸ ਕਰੀਏ ਵੀ ਅਸੀਂ ਆਪਣੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਮਿਲਣਾ ਆ ਤੇ ਆਪਣੇ ਜਿਹੜੇ ਹੈਗੇ ਆ ਲੀਡਰਾਂ ਨੂੰ ਨਾਲ ਲੈ ਕੇ ਜਾਂ ਹੋਰ ਜਿਹੜੀਆਂ ਸ਼ਖਸੀਅਤਾਂ ਧਾਰਮਿਕ ਆਪਣੇ ਖੇਤਰ ਚੋਂ
विद्वान ने उन्होंने नाल लैके बादल साहब नूं मिलना ਤੇ ਬਾਦਲ ਸਾਹਿਬ ਨਾਲ ਜਿਹੜੇ ਮੌਜੂਦਾ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਦੇ ਬਾਰੇ ਆਪਣੇ ਉਹਨਾਂ ਨਾਲ ਸਲਾਹ ਕਰਨੀ ਆ, ਉਹਨਾਂ ਦੇ ਧਿਆਨ ਵਿੱਚ ਲੈ ਕੇ ਆਉਣੇ ਆ। ਅੱਗੇ ਇਕੱਲੇ ਇਕੱਲਿਆਂ ਨੇ ਸਾਰਿਆਂ ਨੇ ਬਾਦਲ ਸਾਹਿਬ ਨੂੰ ਮਿਲ ਕੇ ਆਪਣੀ ਰਾਏ ਦਿੱਤੀ, ਹੁਣ ਚਾਹੁੰਦੇ ਸੀ ਵੀ ਇਕੱਠੇ ਹੋ ਕੇ ਦੇਈਏ ਸੋ ਦੈਟ ਇਸ ਗੱਲ ਨੂੰ ਹੋਰ ਆਪਣੇ ਵਧੀਆ ਤੇ ਠੋਸ ਤਰੀਕੇ ਦੇ ਨਾਲ ਆਪਾਂ ਪਾਰਟੀ ਦੇ ਆਉਣ ਵਾਲੇ ਸਮੇਂ ਵਿੱਚ ਭਲੇ ਵਾਸਤੇ ਪਾਰਟੀ ਨੂੰ ਕਿਵੇਂ ਰਿਵਾਈਵ ਕਰਨਾ ਆ। ਅਜੇ ਨਾਲੇ ਇਹ ਸਾਰਾ ਕੁਛ ਹੋ ਰਿਹਾ ਜੋ ਲੋਕ ਚਾਹੁੰਦੇ ਆ, ਦੇਖੋ ਕੋਈ ਲੀਡਰ ਨਹੀਂ ਚਾਹੁੰਦਾ, ਜੋ ਲੋਕ ਚਾਹੁੰਦੇ ਆ ਵੀ ਤੁਸੀਂ ਇਹ ਗੱਲ ਸਾਰੀ ਆਪਣੀ ਲੀਡਰਸ਼ਿਪ ਨਾਲ ਕਰਕੇ ਇਹਦਾ ਕੋਈ ਫੈਸਲਾ ਕਰੋ। ਇਹ ਵਰਕਰਾਂ ਦੀ ਭਾਵਨਾ ਆ, ਨਾ ਮੇਰੀ ਨਾ ਕਿਸੇ ਹੋਰ ਦੀ, ਕਿਸੇ ਲੀਡਰ ਦੀ ਚਾਹੇ ਕਿਸੇ ਦਾ ਨਾਂ ਲੈ ਲਓ, ਇਹ ਲੀਡਰ ਸਾਰੇ ਵਰਕਰਾਂ ਤੋਂ ਥੱਲੇ ਆ, ਵਰਕਰ ਮੋਹਰੇ ਆ। ਸੋ ਵਰਕਰ ਕਰ ਰਹੇ ਆ, ਕਾਡਰ ਕਹਿ ਰਿਹਾ ਇਹ ਅਸੀਂ ਉਹੀ ਉਹ ਮੀਟਿੰਗ ਨੂੰ ਲੈ ਕੇ ਉੱਥੇ ਇਕੱਠੇ ਹੋਏ ਸੀਗੇ ਵਿਚਾਰ ਕਰਨ ਨੂੰ, ਤੇ ਚਲੋ ਉਹਦਾ ਕਰਕੇ ਗੁਰੂ ਕੇ ਬਾਗ ਦੇ ਮੋਰਚੇ ਸ਼ਤਾਬਦੀ ਦਾ ਸੀਗਾ ਉਦਣ, ਕੱਲ ਦਾ ਦਿਨ। ਪਰ ਜਿਹੜੀ ਹੁਣ ਤੁਸੀਂ, ਚਲੋ ਮੈਂ ਉਹ ਵੀ ਕਹਿ ਹੀ ਦਿੰਦਾ, ਤੁਸੀਂ ਪੁੱਛਣਾ ਹੀ ਆ ਸਵਾਲ ਵੀ ਜਿਹੜੀ ਆਪਣੇ ਅਨੁਸ਼ਾਸਨੀ ਕਮੇਟੀ ਬਣੀ ਆ, ਠੀਕ ਆਖਿਆ ਵਲਟਵਾਲ ਸਾਹਿਬ ਨੇ ਕਿ ਅਨੁਸ਼ਾਸਨੀ ਕਮੇਟੀ ਦੇ ਬਣਾਉਣ ਵਾਸਤੇ ਇਹਦੇ ਚ ਝੁੰਡਾ ਕਮੇਟੀ ਵਿੱਚ ਸਿਫਾਰਿਸ਼ ਕੀਤੀ ਗਈ ਸੀ, ਬਿਲਕੁਲ ਜਾਇਜ਼ ਆਖਿਆ ਇਹਨਾਂ ਨੇ, ਬਣਨੀ ਚਾਹੀਦੀ ਆ। ਤੇ ਪਰ ਅਸੀਂ ਆਪਾਂ ਜੇ ਅਕਾਲੀ ਦਲ ਦਾ ਪਿਛਲਾ ਜਿੰਨਾ ਵੀ ਲੰਬੇ ਸਮੇਂ ਤੋਂ ਆਪਾਂ ਦੇਖੀਏ, ਰਿਕਾਰਡ ਦੇਖੀਏ ਜਾਂ ਪਿਛੋਕੜ ਨਜ਼ਰ ਮਾਰੀਏ, ਤੇ ਅਕਾਲੀ ਦਲ ਦੇ ਲੀਡਰਾਂ ਨੇ ਕਿਤੇ ਬਹੁਤ ਅਨੁਸ਼ਾਸਨ ਕਿਸੇ ਨੇ ਭੰਗ ਨਹੀਂ ਕੀਤਾ। ਠੀਕ ਆ, ਡੈਮੋਕ੍ਰੈਟਿਕ ਸਿਸਟਮ ਵਿੱਚ ਕੋਈ ਨਾ ਕੋਈ ਲੀਡਰ ਕਿਤੇ ਬੋਲ ਜਾਂਦਾ ਆ, ਪਰ ਇੰਨੀ ਤਾਂ ਸੂਝਬੂਝ ਹੁੰਦੀ ਆ, ਇੰਨੀ ਤਾਂ ਆਪਾਂ ਨੂੰ ਐਕਸੈਪਟੇਬਿਲਟੀ ਹੁੰਦੀ ਵੀ ਆਪਾਂ ਉਹਨਾਂ ਲੀਡਰਾਂ ਦੀ ਜਿਹੜੀ ਗੱਲ ਆ ਉਹਨੂੰ ਵੀ ਆਪਾਂ ਆਪਣੇ ਐਕਸੈਪਟ ਕਰਕੇ ਤੇ ਉਹਨੂੰ ਵੀ ਸਮਝਦੇ ਕਿ ਇਹਨਾਂ ਨੇ ਵੀ ਪਾਰਟੀ ਦੇ ਹਿੱਤ ਵਿੱਚ ਕੀਤੀ ਆ। ਕੱਲ ਦੀ ਜਿਹੜੀ ਟਾਈਮਿੰਗ ਆ ਉਹਦੇ ਤੇ ਲੋਕਾਂ ਨੂੰ ਚਰਚਾ ਕਰਨੀ ਸੀਗੀ ਵੀ ਅਜੇ ਤਾਂ ਆਪਣਾ ਢਾਂਚਾ ਸਾਰਾ ਭੰਗ ਆ, ਤੇ ਪਹਿਲੀ ਜਿਹੜੀ ਕਮੇਟੀ ਬਣਾਈ ਆਪਣੇ ਪਾਰਟੀ ਵੱਲੋਂ ਬਣਾ ਦਿੱਤੀ ਅਨੁਸ਼ਾਸਨੀ ਕਮੇਟੀ, ਇਸ ਗੱਲ ਦੀ ਲੋਕ ਥੋੜੀ ਬਹੁਤੀ ਹੈਰਾਨੀ ਆਪਣੇ ਸਮਝ ਰਹੇ ਨੇ, ਲੋਕ ਇਹਦੇ ਵਿੱਚ ਥੋੜਾ ਬਹੁਤਾ ਵਿਚਾਰ ਕਰਦੇ ਨੇ ਕਿ ਹਜੇ ਤਾਂ ਢਾਂਚਾ ਪਹਿਲਾਂ ਪੂਰਾ ਬਣਦਾ ਜਿਹੜੀ ਆਪਣੀ ਪਾਰਟੀ ਨੂੰ ਚਲਾਉਣ ਵਾਸਤੇ, ਇਹ ਬਾਅਦ ਚ ਬਣਦੀ, ਹੋਰ ਬੜੀਆਂ ਕਮੇਟੀਆਂ ਨੇ ਆਪਣੇ ਜਿਹੜੀ ਪਾਰਲੀਮੈਂਟਰੀ ਅਫੇਅਰਸ ਕਮੇਟੀ ਬਣਨੀ, ਪਾਰਲੀਮੈਂਟਰੀ ਬੋਰਡ ਬਣਨਾ ਆ ਜਾਂ ਪੋਲੀਟੀਕਲ ਅਫੇਅਰ ਕਮੇਟੀ ਆ ਜਾਂ ਕੋਈ ਐਡਵਾਈਜ਼ਰੀ ਕਮੇਟੀ ਆ, ਹੋਰ ਬੜਾ ਕੁਛ ਬਣਨਾ, ਜ਼ਿਲ੍ਹੇ ਸਾਰੇ ਆਪਣੇ ਬਣਨ ਵਾਲੇ ਨੇ, ਸਾਰਾ ਕੁਛ ਭੰਗ ਆ। ਸੋ ਪਹਿਲੇ ਨੰਬਰ ਤੇ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਕੋਈ ਜਿਹੜਾ ਕੱਲ ਦਾ ਆਪਣਾ ਸਮਾਂ ਸੀ ਉਹ ਜਿਹੜੀ ਮੀਟਿੰਗ ਨਾ ਹੋਣ, ਅਸੀਂ ਦੇਖੋ ਆਪਾਂ ਇਕੱਠੇ ਹੋ ਸਕਦੇ ਹਾਂ, ਅਸੀਂ ਵੱਡੇ ਆ, ਲੋਕਾਂ ਨਾਲ ਚਾਹ ਪੀਂਦੇ, ਲੀਡਰਾਂ ਨਾਲ ਚਾਹ ਪੀਂਦੇ ਆ, ਅਕਰੋਸ ਆਪਣੇ ਪਾਰਟੀ ਦੇ ਵਿੱਚੋਂ ਮਿਲਦੇ ਵਰਤਦੇ ਆ। ਹਜੇ ਚਾਰ ਦਿਨ ਪਹਿਲਾਂ ਵੀ ਆਪਣੇ ਲੀਡਰ ਇਕੱਠੇ ਹੋਏ ਸੀਗੇ, ਦੋ ਦਿਨ ਪਹਿਲਾਂ ਹੋਏ, ਦਸ ਦਿਨ ਪਹਿਲਾਂ ਹੋਏ, ਤਾਂ ਇਹ ਤਾਂ ਦੇਖੋ ਆਪਾਂ ਇੱਕ ਦੂਜੇ ਨੂੰ ਮਿਲ ਸਕਦੇ, ਇੱਕ ਦੂਜੇ ਨਾਲ ਬੈਠ ਸਕਦੇ ਹਾਂ, ਇਹਦੇ 'ਚ ਕੋਈ ਕਿਸੇ ਦੇ ਇਤਰਾਜ਼ ਨਹੀਂ ਚਾਹੀਦਾ, ਕੋਈ ਇੱਦਾਂ ਦਾ ਕਿੰਤੂ ਪਰੰਤੂ ਨਹੀਂ ਚਾਹੀਦਾ, ਤੇ ਉਹਦੇ ਵਿੱਚ ਕੋਈ ਪੈਨਿਕ ਰਿਐਕਸ਼ਨ ਨਹੀਂ ਚਾਹੀਦਾ। ਜੇ ਮੈਂ ਕਹੂੰਗਾ ਵੀ ਇਹ ਤਾਂ ਇੱਕ ਪੈਨਿਕ ਰਿਐਕਸ਼ਨ ਦੀ ਤਰੀਕੇ ਨਾਲ ਲੋਕਾਂ ਨੇ ਇਸ ਕਮੇਟੀ ਦਾ ਗਠਨ ਜਿਹੜਾ ਸਮਝਿਆ, ਜੋ ਲੋੜ ਨਹੀਂ ਸੀ ਕਰਕੇ ਸਾਰੇ ਪਾਰਟੀ 'ਚ ਇਕੱਠੇ ਹਾਂ, ਪਾਰਟੀ ਦੇ ਭਲੇ ਵਾਸਤੇ ਸਾਰੇ ਸੋਚਦੇ ਹਾਂ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਾਲ ਲੈ ਕੇ ਹੀ ਸਾਰੀ ਗੱਲ ਹੋਣੀ ਆ, ਇਸ ਕਰਕੇ ਕੋਈ ਅਨੁਸ਼ਾਸਨ ਭੰਗ ਕਰਨ ਦੀ ਇਹਦੇ ਵਿੱਚ ਕਿਸੇ ਦੀ ਨਾ ਕੋਈ ਸੋਚ ਸੀ ਤੇ ਨਾ ਹੀ ਕਿਸੇ ਨੇ ਇਹ ਅਨੁਸ਼ਾਸਨ ਭੰਗ ਕੀਤਾ ਆ। ਜੀ, ਸਾਡੇ ਨਾਲ ਵਿਰਸਾ ਸਿੰਘ ਬਲਟੋਆ ਲਗਾਤਾਰ ਜੁੜੇ ਹੋਏ ਨੇ। ਬਲਟੋਆ ਜੀ, ਸਾਡੇ ਕੋਲ ਸਮਾਂ ਥੋੜਾ ਘੱਟ ਹੈ, ਇੱਕ ਛੋਟਾ ਜਿਹਾ ਰਿਐਕਸ਼ਨ ਚਾਹਾਂਗੇ। ਨਾਰਾਜ਼ਗੀ ਤਾਂ ਕਿਤੇ ਨਾ ਕਿਤੇ ਹੈ, ਚਾਹੇ ਉਹ ਵਰਕਰਾਂ ਦੇ ਪੱਧਰ ਤੇ ਹੋਵੇ, ਚਾਹੇ ਆਗੂਆਂ ਦੇ ਪੱਧਰ ਤੇ ਹੋਵੇ, ਜਿਵੇਂ ਵਡਾਲਾ ਜੀ ਜ਼ਿਕਰ ਕਰ ਰਹੇ ਨੇ ਕਿ ਪਾਰਟੀ ਦਾ ਪ੍ਰੋਸੈਸ ਜੋ ਹੈ ਉਸ ਨੂੰ ਤੋੜਿਆ ਗਿਆ, ਤਾਂ ਫਿਰ ਸਵਾਲ ਤਾਂ ਉੱਠਦੇ ਨੇ।